Guru Granth Sahib Ji, Parkash is celebrating the entire education. The same was offered to the SGPC of the Gurudwara Dukhniwaran Sahib by Shri Akhand Path Sahib Ji of Shri Guru Granth Sahib. After that, different kirtanis and Oshu kirtans were taken out of the company. And Sikh Kaum was congratulated on this light and sang it was made aware of Sikh history. The entire Akali leadership was present on this occasion apart from Sipka head of SGPC, Kirpal Singh Bidungam, manager Karnal Singh Nadha, head greenkeeper Man Singh. Vahe Ji Ka Khalsa, Vahe Ji Fateh. Sab to pehla, main soche Khalsa Panth nu, Har Gurbani Ka Nal Leva. ਭਾਈ ਭਾਈ ਨੌਜਵਾਨ ਬੱਚਿਆਂ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਹਾਰਦਿਕ ਵਧਾਈ ਦਿੰਦਾ ਔਰ ਇਹਦੇ ਨਾਲ ਹੀ ਮੈਂ ਕਹਿਣਾ ਚਾਹੁੰਦਾ ਕਿ ਇਹ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਹਨਾਂ ਦਾ ਪਹਿਲਾ ਪ੍ਰਕਾਸ਼ ਜਿਹਦਾ ਸੰਪੂਰਨਤਾ ਦਿਵਸ ਜਿਹਦਾ ਗੁਰਤਾਗਤੀ ਦਿਵਸ ਜਿਹੜਾ ਉਹ ਮਨਾਇਆ ਜਾਂਦਾ ਸ਼ਾਇਦ ਦੁਨੀਆਂ ਦੇ ਕਿਸੇ ਹੋਰ ਗ੍ਰੰਥ ਦਾ ਇੱਦਾਂ ਦਾ ਨਹੀਂ ਮਨਾਇਆ ਜਾਂਦਾ ਦੂਸਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਇੱਕ ਐਸੇ ਧਾਰਮਿਕ ਗ੍ਰੰਥ ਨੇ ਜਿੱਥੇ ਕੇਵਲ ਸਿੱਖਾਂ ਦੇ ਹਿੰਦੂਆਂ ਦੇ ਪੰਜਾਬ ਦੇ ਹਿੰਦੁਸਤਾਨ ਦੀ ਗੱਲ ਨਹੀਂ ਕੀਤੀ ਸਗੋਂ ਸੂਰਤੀ ਬ੍ਰਹਿਮੰਡ ਦੀ ਗੱਲ ਕੀਤੀ ਗਈ ਇਹ ਸਭ ਸਾਂਝੇ ਰੱਬ ਦੀ ਗੱਲ ਕੀਤੀ ਗਈ ਹੈ ਸਾਂਝੀ ਵਾਰਤਾ ਦੀ ਗੱਲ ਕੀਤੀ ਗਈ ਹੈ ਭਾਈਚਾਰੇ ਦੀ ਗੱਲ ਕੀਤੀ ਗਈ ਹੈ ਇਹ ਸਾਂਝੇ ਸੱਭਿਆਚਾਰ ਦੀ ਗੱਲ ਕੀਤੀ ਗਈ ਹੈ ਸਾਰਿਆਂ ਦੇ ਭਲੇ ਦੀ ਗੱਲ ਕੀਤੀ ਗਈ ਹੈ ਸਰਬੱਤ ਦੇ ਭਲੇ ਦੀ ਗੱਲ ਕੀਤੀ ਗਈ ਹੈ ਇਹ ਕੇਵਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਜਿਹੜਾ ਉਦੇਸ਼ ਹੈ ਅੱਜ ਕੇਵਲ ਸ਼੍ਰੋਮਣੀ ਗੁਰਦੁਆਰਾ ਪੰਥ ਦੇ ਕਮੇਟੀ ਸੋਚੋ ਸਾਰਾ ਖਾਲਸਾ ਪੰਥ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਜਿਹੜਾ ਪਹਿਲੀ ਸਤੰਬਰ 1604 ਈਸਵੀ ਨੂੰ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਜਿਹੜਾ ਕਰਵਾਇਆ ਸੀ ਔਰ ਜੋ ਗ੍ਰੰਥੀ ਸਿਸਟਮ ਹੈ ਇਹ ਉਸ ਦਿਨ ਤੋਂ ਸ਼ੁਰੂ ਹੋਇਆ ਜਦੋਂ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਜਿਹੜਾ ਉਹ ਥਾਪਿਆ ਗਿਆ ਸੀ ਅੱਜ ਦਾ ਜਿਹੜਾ ਦਿਨ ਹੈ ਉਹ ਬਹੁਤ ਵੱਡਾ ਸਤਿਕਾਰ ਦਿਨ ਹੈ ਬੜਾ ਇਤਿਹਾਸਕ ਦਿਨ ਹੈ ਸਾਡੇ ਸਾਰਿਆਂ ਲਈ ਇਤਿਹਾਸਕ ਦਿਨ ਹੈ ਅੱਜ ਲੋੜ ਇਹ ਹੈ ਕਿ ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਹੋਇਆ ਸਭ ਤੋਂ ਵੱਡੀ ਲੋੜ ਅੱਜ ਦੇ ਖਾਸ ਕਰਕੇ ਅੱਜ ਦਾ ਜੋ ਜ਼ਮਾਨਾ ਹੈ ਭਾਵੇਂ ਉਹ ਪੰਜਾਬ ਦੇ ਲੋਕ ਨੇ ਹਿੰਦੁਸਤਾਨ ਦੇ ਲੋਕ ਨੇ ਦੁਨੀਆਂ ਦੇ ਲੋਕ ਨੇ ਕਿ ਜਿੱਥੇ ਆਪਾਂ ਖੜ੍ਹੇ ਹਾਂ ਅੱਜ ਉਹੀ ਧਾਰੋਂ ਕੱਟਣ ਬਾਅਦ ਕੋਈ ਨਸਲਾਂ ਦੇ ਧਰਮਾਂ ਦੇ ਬੋਲੀਆਂ ਦੇ ਝਗੜੇ ਪੈਦਾ ਹੋ ਰਹੇ ਨੇ ਅੱਜ ਮਨੁੱਖ ਦਾ ਮਨੁੱਖ ਵੈਰੀ ਹੋ ਰਿਹਾ ਔਰ ਹਰ ਮਨੁੱਖ ਜਿਹੜਾ ਜਿਵੇਂ ਆਪਾਂ ਕਹਿੰਦੇ ਵਿਸ਼ਵੀਕਰਨ ਇਹ ਸੰਸਾਰੀਕਰਨ ਵਿਸ਼ਵੀਕਰਨ ਜਿਹੜਾ ਇਹ ਮਾਇਕ ਵਿਸ਼ਵੀਕਰਨ ਦਾ ਹੋ ਰਿਹਾ ਲੇਕਿਨ ਇਹਨੇ ਸਾਰੇ ਸੰਸਾਰ ਨੂੰ ਖਿਖੜੀ ਖਿਖੜੀ ਕਰਤਾ ਔਰ ਹਰ ਮਨੁੱਖ ਜਿਹੜਾ ਉਹ ਆਪਣੇ ਆਪ ਦੇ ਵਿੱਚ ਦੁਫਾੜ ਹੋਇਆ ਹੋਇਆ ਮਨੁੱਖ ਆਪਣੇ ਆਪ ਵਿੱਚ ਵੀ ਇੱਕ ਨਹੀਂ ਹੈ ਇਹ ਇਸ ਵਿਸ਼ਵੀਕਰਨ ਦਾ ਜਿਹੜਾ ਯੁੱਗ ਹੈ ਇਹਦਾ ਇਹ ਸਦਾਚਾਰ ਹੈ ਗੁਰੂ ਨਾਨਕ ਨੇ ਬਿਲਕੁਲ ਉਲਟ ਗੱਲ ਸਮਝਾਈ ਹੈ ਕਿ ਉਹ ਕਾਲ ਪੁਰਖ ਵੀ ਸਭ ਦਾ ਸੰਜ ਹੈ ਸਾਰੇ ਅਸੀਂ ਉਸ ਗੁਰੂ ਪਾਤਸ਼ਾਹ ਦੇ ਕਾਲ ਪੁਰਖ ਦੇ ਬੱਚੇ ਹਾਂ ਸਾਰੇ ਭਾਈ ਭਾਈ ਹਾਂ ਸਾਰੇ ਇੱਕੋ ਹੀ ਹਾਂ ਇੱਥੇ ਸਾਡੇ ਸਾਰਿਆਂ ਦੀ ਸਾਂਝੀ ਵਰਤਾ ਹੈ ਸਾਡਾ ਦੁੱਖ ਵੀ ਸੁੱਖ ਵੀ ਸਾਰਿਆਂ ਦਾ ਉਹ ਸੰਜ ਹੈ ਅਤੇ ਮੈਂ ਸਮਝਦਾ ਅੱਜ ਸਭ ਤੋਂ ਵੱਡੀ ਲੋੜ ਹੈ ਨਹੀਂ ਤਾਂ ਜੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਦੇਸ਼ ਲੋਕਾਂ ਨੇ ਸਮਝਿਆ ਹੁੰਦਾ ਅਤੇ ਫਿਰ ਜਿਹੜੀ ਪਹਿਲੀ ਵਰਲਡ ਵਾਰ ਹੋਈ ਦੂਜੀ ਵਰਲਡ ਵਾਰ ਹੋਈ ਉਹ ਨਹੀਂ ਸੀ ਹੁੰਦੀਆਂ ਔਰ ਦੇਸ਼ ਦੇ ਆਜ਼ਾਦੀ ਦੇ ਵਿੱਚ ਜੇ ਆਪਾਂ ਆਜ਼ਾਦੀ ਕਹਿ ਲਿਆ ਤਾਂ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ ਉਹ ਨਹੀਂ ਸੀ ਜਾਣੀਆਂ ਅਤੇ ਉਸ ਤੋਂ ਬਾਅਦ 1948 ਦਾ ਜੰਗ 1962 ਦਾ ਜੰਗ 1965 ਦਾ ਜੰਗ 1971 ਦੀ ਜੰਗ ਔਰ ਉਸ ਤੋਂ ਬਾਅਦ 1998 ਦੀ ਕਰਗਿਲ ਵਾਰ ਅਤੇ ਹੁਣ ਰੋਜ਼ ਹੀ ਝਗੜੇ ਹੁੰਦੇ ਰਹੇ ਆਪਣੇ ਇਹ ਝਗੜੇ ਜਿਹੜੇ ਨਹੀਂ ਸੀ ਮੁੱਕ ਜਾਣੇ ਸੀ ਕੋਈ ਹੋਣਾ ਨਹੀਂ ਸੀ ਸਿਰਫ ਇਸ ਕਰਕੇ ਹੋ ਰਹੇ ਨੇ ਕਿ ਅਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਗੁਰੂ ਸਾਹਿਬਾਨ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜੋ ਮਹਾਨ ਉਦੇਸ਼ ਹੈ ਉਹਨੂੰ ਸਮਝ ਹੀ ਨਹੀਂ ਸਕੇ ਉਹਨੂੰ ਧਾਰਨ ਨਹੀਂ ਕਰ ਸਕੇ ਅਤੇ ਸਾਰੇ ਸੰਸਾਰ ਦੀ ਉਹ ਲੋੜ ਹੈ ਕਿ ਜਿਹੜਾ ਸਾਰੇ ਸੰਸਾਰ ਦੇ ਗਿਆਨ ਦਾ ਭੰਡਾਰ ਹੈ ਸਾਰੇ ਸੰਸਾਰ ਦੇ ਇਤਿਹਾਸ ਮਿਥਿਹਾਸ ਦਾ ਭੰਡਾਰ ਹੈ ਸਾਰੇ ਸੰਸਾਰ ਦਾ ਰਾਹ ਦਸੇਰਾ ਹੈ ਉਹ ਸਾਰੇ ਸੰਸਾਰ ਦੇ ਸੋਚੇ ਛੋਟੇ ਮੋਟੀਆਂ ਸਮੱਸਿਆਵਾਂ ਦਾ ਸਮਾਧਾਨ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹਨਾਂ ਉਸ ਗੁਰੂ ਗ੍ਰੰਥ ਸਾਹਿਬ ਤੋਂ ਆਪਾਂ ਨੂੰ ਉਪਦੇਸ਼ ਲੈਣ ਦੀ ਲੋੜ ਹੈ ਤਾਂ ਜੋ ਆਪਣਾ ਜਿਹੜਾ ਜੀਵਨ ਹੈ ਇਹ ਸਫਲ ਹੋ ਸਕੇ ਭਾਈਚਾਰਕ ਸਾਂਝ ਹੋ ਸਕੇ
ਹਾਂਜੀ ਬਾਲਤਾ ਕਾਇਮ ਹੋ ਸਕੇ, ਸਹਿਣਸ਼ੀਲਤਾ ਕਾਇਮ ਹੋ ਸਕੇ, ਔਰ ਸਾਨੂੰ ਕਿਰਤ ਕਰਨ ਵੰਡ ਸਕਣ ਨਾਮ ਜਪਣਾ ਜਿਹੜਾ ਸਿਧਾਂਤ ਹੈ ਉਹਦੀ ਸਮਝ ਪੈ ਸਕੇ, ਉਸ ਰਸਤੇ ਪੈ ਸਕੀਏ, ਤਾਂ ਫਿਰ ਆਪਣਾ ਸਾਰਿਆਂ ਦਾ ਜੀਵਨ ਜਿਹੜਾ ਉਹ ਸਫਲ ਹੋ ਜਾਏਗਾ, ਸੁਖੀ ਹੋ ਜਾਏਗਾ, ਸੁਖੇਲਾ ਹੋ ਜਾਏਗਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ